ਸਸ਼ਿਕਾ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਦੇਸ਼ ਭਰ ਦੇ ਵਿੱਚ ਖੇਤੀ ਆਰਡੀਨੈਂਸ ਨੂੰ ਲੈ ਕੇ ਰੌਣਾ ਰੱਪਾ ਜੋ ਪਿਆ ਹੋਇਆ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਮੋਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਐਮਐਸਪੀ ਖਤਮ ਨਹੀਂ ਹੋਏਗੀ ਪਰ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਹੌਲੀ ਹੌਲੀ ਜਿਹੜਾ ਉਹ ਕਿਸਾਨਾਂ ਨੂੰ ਫਾਹੇ ਤੇ ਟੰਗਿਆ ਜਾਏਗਾ ਇੱਕ ਤਰੀਕੇ ਦੇ ਨਾਲ ਜਿਵੇਂ ਦੇ ਆਰਡੀਨੈਂਸ ਬਿੱਲ ਜਿਹੜੇ ਉਹ ਲਿਆਂਦੇ ਗਏ ਨੇ ਉਹਨਾਂ ਦੇ ذریعے ਕਿਸਾਨਾਂ ਨੂੰ ਮਾਰੂ ਨੀਤੀਆਂ ਦੇ ਨਾਲ ਦਬਾ ਦਿੱਤਾ ਜਾਵੇਗਾ ਸਾਡੇ ਨਾਲ ਕੈਪਟਨ ਚੰਨਨ ਸਿੰਘ ਸਿੱਧੂ ਮੌਜੂਦ ਨੇ ਸ਼ੇਰ ਪੰਜਾਬ ਵਿਕਾਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਤੋਂ ਜਾਣ ਲੈਣੀ ਹੈ ਕੈਪਟਨ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਨੂੰ ਖੇਤੀ ਆਰਡੀਨੈਂਸ ਲਿਆਉਣ ਦੀ ਲੋੜ ਕਿਉਂ ਪਈ ਸਰਕਾਰ ਨੂੰ ਦੇਖੋ ਖੇਤੀ ਆਰਡੀਨੈਂਸ ਲਿਆਉਣ ਦੀ ਜ਼ਰੂਰਤ ਤਾਂ ਮੈਨੂੰ ਪਤਾ ਨਹੀਂ ਕਿਉਂ ਪਈ ਹੈ ਕਿ ਸਰਕਾਰ ਦੀਆਂ ਨਜ਼ਰਾਂ ਜਿਨ੍ਹਾਂ ਪੰਜਾਬ ਬੜੀ ਧੀਰ ਦਾ ਰੜਕ ਰਿਆ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਪਾਣੀ ਤਾਂ ਸਾਡੇ ਕੋਲ ਹੈ ਸਾਰੇ ਪੰਜਾਬ ਦੇ ਪੱਲੇ ਕੱਖ ਛੱਡਿਆ ਨਹੀਂ ਇੰਡਸਟਰੀ ਇੱਥੇ ਨਹੀਂ ਆਈ ਖੇਤੀ ਖੇਤੀ ਤੇ ਹੀ ਰੋਟੀ ਖਾਂਦੇ ਸੀ ਖੇਤੀ ਖੇਤੀ ਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਵਸਦੇ ਪਾਲਦੇ ਸੀ ਉਹ ਆਰਡਨਸ ਲਾ ਕੇ ਉਹ ਸਾਡੀ ਖੇਤੀ ਨੂੰ ਵੀ ਹੁਣ ਬਰਬਾਦ ਜਿਹੜਾ ਕਰ ਦਿੱਤਾ ਕਰਨਾ ਕੀ ਚਾਹੁੰਦੇ ਨੇ ਕਰ ਦਿੱਤਾ ਮੈਨੂੰ ਇਹ ਦੱਸੋ ਕਿ ਜੇ ਤੁਹਾਡੀ ਐਮਐਸਡੀ ਤੁਸੀਂ ਕਹਿੰਦੇ ਨਹੀਂ ਜਾਏਗੀ ਕਿਸੇ ਰਿਪੋਰਟਰ ਨੇ ਉਹਨੂੰ ਰਾਜਨਾਥ ਨੂੰ ਕੱਲ ਕੁਐਸਚਨ ਪੁੱਛਿਆ ਜੀ ਫਿਰ ਨਹੀਂ ਜਾਏਗੀ ਤੇ ਤੁਸੀਂ ਆਰਡਰਸ ਦੇ ਵਿੱਚ ਲਿਖ ਦਿਓ ਕਿ ਬਈ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਹਾਂ ਲਿਖ ਦਿੱਤਾ ਜੀ ਅਸੀਂ ਕਿ ਐਮਐਸਡੀ 威尔 ਕੰਟੀਨਿਊ ਫਿਰ ਐਸਾ ਥੋੜੀ ਹੋ ਸਕਦਾ ਹੈ ਐਸਾ ਥੋੜੀ ਹੋ ਸਕਦਾ ਲੋਕਾਂ ਨੂੰ ਬੇਵਾਖੂ ਬਣਾ ਰਹੇ ਪੰਜਾਬ ਦਾ ਦੇਖੋ ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਬਿਹਾਰ ਚ ਕੋਈ ਐਮਐਸਡੀ ਨਹੀਂ ਹੈ ਐ ਐਮਐਸਪੀ ਇੱਥੇ ਵੀ ਮੱਕੀ ਤੇ ਹੈ ਨਹੀਂ 1800 ਰੱਖੀ ਹੋਈ ਲੈਂਦਾ ਕੋਈ ਨਹੀਂ 800 ਨੂੰ ਵੇਚ ਰਹੀ ਹੈ ਹੁਸ਼ਿਆਰਪੁਰ ਚ 900 ਨੂੰ 800 ਨੂੰ 650 ਦੀ ਰਿਪੋਰਟ ਆ ਰਹੀ ਹੈ ਬਿਹਾਰ ਦੇ ਵਿੱਚ ਐਮਐਸਪੀ ਐਮਐਸਪੀ ਹੈ ਨਹੀਂ ਔਰ ਬਿਹਾਰ ਦੇ ਕਿਸਾਨ ਦੀ ਜਿਹੜੀ ਆਮਦਨ ਹੈ ਸਾਲ ਦੀ ਉਹ ਹੈਗੀ ਹੈ ਕੋਈ 44000 ਰੁਪਿਆ ਸਾਢੇ ਕੋਈ 4000 ਰੁਪਿਆ ਮਹੀਨੇ ਦਾ ਆਉਂਦਾ ਹੈ ਤੇ ਜੇ ਐਮਐਸਪੀ ਪੰਜਾਬ ਚ ਹੈਗੀ ਹੈ ਤੇ ਪੰਜਾਬ ਦੇ ਕਿਸਾਨ ਦੀ ਆਮਦਨ ਹੈਗੀ 2 ਲੱਖ 40 ਹਜ਼ਾਰ ਰੁਪਿਆ ਜਿਹੜਾ ਕੋਈ 5 26 ਹਜ਼ਾਰ ਰੁਪਿਆ ਮਹੀਨਾ ਆਉਂਦਾ ਹੁਣ ਇਹ ਸਾਨੂੰ ਐਮਐਸਬੀ ਖਤਮ ਕਰਕੇ ਉਸ ਤੋਂ ਵੀ ਮਾੜੇ ਹਾਲਾਤ ਚ ਛਟਣਗੇ ਸਾਡੀ ਜਿਹੜੀ ਆਮਦਨ ਕਿਸਾਨ ਦੀ ਹੋਏਗੀ ਉਹ 4000 ਰੁਪਏ ਨਹੀਂ ਹੋਣੀ ਮਹੀਨੇ ਦੀ ਨਹੀਂ ਹੋਣੀ ਕਿਉਂਕਿ ਸਾਡਾ ਕਿਸਾਨ ਤਾਂ ਕੰਮ ਕਰਦਾ ਨਹੀਂ ਅਸੀਂ ਤਾਂ ਮਜ਼ਦੂਰਾਂ ਤੋਂ ਕੰਮ ਕਰਾਉਨੇ ਆ ਤੇ ਜੇ ਮਜ਼ਦੂਰਾਂ ਤੋਂ ਕੰਮ ਕਰਾਉਗੇ ਉਹਦੀ ਮਜ਼ਦੂਰੀ ਵੀ ਦੇਣੀ ਪੈਗੀ ਤੇ ਅਗੋਂ ਲੱਭਣਾ ਕੱਖ ਨਹੀਂ ਤੋ ਇਸ ਕਰਕੇ ਪੰਜਾਬ ਦਾ ਤਾਂ ਬਹੁਤ ਬੁਰਾ ਹਾਲ ਇਹ ਕਰਨਗੇ ਜਿਸ ਜਿਸ ਸਿਸਟਮ ਨਾਲੇ ਚੱਲ ਪਏ ਨੇ ਔਰ ਜਦ ਤੱਕ ਇਹਨਾਂ ਨੂੰ ਅਪੀਲ ਨਹੀਂ ਕੀਤਾ ਜਾਂਦਾ ਅਮੈਂਡ ਨਹੀਂ ਕੀਤਾ ਜਾਂਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਕਿਰਤੀਆਂ ਦਾ ਪੰਜਾਬ ਦੇ ਆਰਤੀਆਂ ਦਾ ਪੰਜਾਬੀ ਲੋਕਾਂ ਦਾ ਕੋਈ ਆਸਾ ਨਹੀਂ ਹੈ ਪਹਿਲਾਂ ਇਹਦਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਸਮਰਥਨ ਕਰਦੇ ਆਏ ਨੇ ਸੁਖਵੀਰ ਬਾਦਲ ਹਰਸਿਮਰ ਬ ਬੜਾ ਲੋਕਾਂ ਦੇ ਵਿੱਚ ਰੌਲਾ ਰੱਪਾ ਪਾਇਆ ਕਿ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਪਰ ਹੁਣ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਇਹਨੂੰ ਕਿੱਦਾਂ ਦੇਖਦੇ ਹੋ ਮਹਾਂਜ ਇੱਕ ਡਰਾਮਾ ਜਦੋਂ ਲੋਕਾਂ ਨੇ ਇਹਨਾਂ ਦੇ ਘਰ ਘੇਰ ਲਏ ਲੋਕਾਂ ਨੇ ਇਹਨੂੰ ਕਹਿਤਾ ਤੁਹਾਨੂੰ ਪੰਜਾਬ 'ਚ ਵੜਨ ਨਹੀਂ ਦੇਣਾ ਫਿਰ ਆਪ ਪ੍ਰਾਪਰਟੀਆਂ ਕਿੱਥੇ ਜਾਣਗੀਆਂ ਹੋਟਲ ਕਿੱਥੇ ਜਾਣਗੇ ਇਹ ਇੱਕ ਮਹਾਂਜ ਡਰਾਮਾ ਹੈ ਦੇਖੋ ਪ੍ਰਕਾਸ਼ ਸਿੰਘ ਬਾਦਲ ਵੀਡੀਓ ਦੇ ਰਹੇ ਨੇ ਅੱਜ ਮੈਂ ਹਰਸ਼ਮ੍ਰਿਤ ਬੀਬਾ ਨੂੰ ਵੀ ਦੇਖਿਆ ਫੇਸਬੁੱਕ ਤੇ ਉਹ ਕਹਿੰਦੀ ਮੋਦੀ ਨੇ ਕੰਮ ਹੀ ਬਹੁਤ ਵਧੀਆ ਕੀਤਾ ਕਿਸਾਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਆ ਦੇਖੋ ਅਮਰਿੰਦਰ ਨੇ 2017 ਚ ਪੰਜਾਬ ਐਸੈਂਬਲੀ 'ਚ ਇਹੀ ਚੀਜ਼ ਪਾਸ ਕੀਤੀ ਹੈ ਔਰ ਇਹ ਦੋਨੋਂ ਹੁਣ ਇਹ ਵੋਟ ਬੈਂਕ ਦੀ ਪੋਲਿਟਿਕਸ 'ਤੇ ਲੱਗੇ ਹੋਏ ਨੇ ਦੋਨੋਂ ਪਾਰਟੀਆਂ ਇਨਵੋਲਡ ਨੇ ਇਨਾਂ ਚ ਦੋਨੋਂ ਅਮਰਿੰਦਰ ਸਿੰਘ ਵੀ ਉਹਨਾਂ ਇਨਵੋਲਡ ਹੈ ਜਿੰਨੇ ਬਾਦਲ ਇਨਵੋਲਡ ਨੇ ਅਡਾਨੀਆਂ ਤੇ ਅਬਾਨੀਆਂ ਤੇ ਤਾਂ ਮੈਨੂੰ ਐ ਲੱਗਦਾ ਇਹਨਾਂ ਨੇ ਹਿੱਸੇਪੱਤੀਆਂ ਵੀ ਫਿਕਸ ਅਪ ਕੀਤੀਆਂ ਹੋਣੀਆਂ ਤੇ ਕੈਪਟਨ ਦੀ ਤੁਸੀਂ ਕਹਿ ਰਹੇ ਹੋ ਕਿ ਹਰਸਿਮਤ ਕੋਰ ਬਾਦਲ ਇਲਜ਼ਾਮ ਲਗਾ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਕੈਪਟਨ ਸਾਹਿਬ ਇਹਦੇ ਵਿੱਚ ਸ਼ਾਮਲ ਨੇ ਜਾਂ ਕੋਈ ਇਹੋ ਜਿਹਾ ਕੋਈ ਪਹਿਲਾ ਫੈਸਲਾ ਲਿਆ ਗਿਆ ਜਿਸ ਦੇ ਨਾਲ ਕਿਸਾਨੀ ਜਿਹੜੀ ਹੈ ਉਹ ਮਾਰੂ ਨੀਤੀਆਂ ਕਿਸਾਨੀ ਦੇ ਖਿਲਾਫ ਹੋਣ ਜਿਹੜੇ ਅਡਾਨੀਆਂ ਤੇ ਅਬਾਨੀਆਂ ਨੇ ਆਨੇ ਨੇ ਉਹਨਾਂ ਨੇ ਜਿਹੜੇ ਆਪਣੇ ਵੇਅਰ ਹਾਊਸੇਸ ਬਣਾਣੇ ਨੇ ਉਹਨਾਂ ਵਾਸਤੇ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਜਟਾਂ ਦੀਆਂ ਪਿੰਡਾਂ ਦੀਆਂ ਉਹ 8 ਮਹੀਨੇ ਤੋਂ ਖੋਈਆਂ ਜਾ ਰਹੀਆਂ ਫਤੇਗੜ ਸਾਹਿਬ ਦੀ ਖੋਈ ਗਈ ਰੌਲਾ ਪਿਆ ਨਮਾ ਸ਼ਹਿਰ ਦੀ ਖੋਈ ਗਈ ਹੋਰ ਵੀ ਕਈਆਂ ਪਿੰਡਾਂ ਦੀਆਂ ਜਿਹੜੀਆਂ ਹੁਸ਼ਾਰਪੁਰ ਦੇ ਵਿੱਚ ਖੋਈਆਂ ਗਈਆਂ ਇੱਧਰ ਖੋਈਆਂ ਗਈਆਂ ਸਾਰਾ ਅਡਾਨੀਆਂ ਤੇ ਆਬਾਨੀਆਂ ਦੇ ਵਾਸਤੇ ਹੋ ਰਿਹਾ ਨਾ ਤੇ 8 ਮਹੀਨੇ ਪਹਿਲਾਂ ਅਮਰਿੰਦਰ ਸਿੰਘ ਨੂੰ ਪਤਾ ਸੀ ਵੀ ਅਡਾਨੀਆਂ ਦੇ ਆਬਾਨੀਆਂ ਨੇ ਧਿਆਨਾਂ ਤੇ ਮੈਂ ਗੁੜਾਂ ਬਣਾ ਕੇ ਦੇਨੇ ਉਹਨਾਂ ਨੂੰ ਮਤਲਬ ਇਹ ਸਿਲਸਲਾ ਉਹੀ ਹੈ ਕਿ ਜਿਹੜਾ ਪੰਚਾਇਤੀ ਜ਼ਮੀਨਾਂ ਨੂੰ ਜਿਹੜਾ ਕਿਹਾ ਵੀ ਅਸੀਂ ਆਪਣੇ ਕਬਜ਼ੇ 'ਟ ਲੈ ਕੇ ਇਹਦੇ ਉੱਤੇ ਇੰਡਸਟਰੀਜ਼ ਲਗਾਵਾਂਗੇ ਉਹ ਸਾਰਾ ਹਾਂਜੀ ਉਹੀ ਇੰਡਸਟਰੀਆਂ ਲੱਗਣਗੀਆਂ ਜਿਹੋ ਉਹਨਾਂ ਦੇ ਵੇਅਰਹਾਊਸਸ ਬਣਨਗੇ ਜੀ ਉਹੀ ਇੰਡਸਟਰੀਆਂ ਤਾਂ ਹੈਗੀਆਂ ਤੇ ਬੇਵਾਕੋ ਬਣਾ ਰਹੇ ਨੇ ਕਦੇ ਟਰੈਕਟਰ ਲੈ ਕੇ ਦਿੱਲੀ ਨੂੰ ਤੁਰਦੇ ਨੇ ਉਹ ਕਾਂਗਰਸ ਕਹਿੰਦੀ ਹੈ ਵੀ ਅਸੀਂ ਸ਼ਾਇਦ ਬਾਦਲ ਰੋਣੇ ਝੂਠੇ ਪੈ ਗਏ ਨਹੀਂ ਸੱਚੇ ਬਣ ਜੀਏ ਤੁਸੀਂ ਸ਼ੋਰ ਕਿਦਾਂ ਹੋ ਕਿ ਕੈਪਟਨ ਸਰਕਾਰ ਜਿਹੜੀ ਇਹ ਸਾਰਾ ਕੁਝ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਅੰਦਰ ਖਾਤੇ ਇਦਾਂ ਫੈਸਲੇ ਲੈ ਚੁੱਕੀ ਪੰਚਾਇਤਾਂ ਦੀਆਂ ਜ਼ਮੀਨਾਂ ਕਿਉਂ ਖੋਈਆਂ ਕਾਦੇ ਵਾਸਤੇ ਖੋਈਆਂ ਕੀ ਬਣਾਉਣਾ ਉਥੇ ਜੇ ਅਡਾਨੀ ਨੇ ਆਣਾ ਆਰਦੀ ਜਮੀਨ ਖਰੀਦ ਲੈਣਾ ਜਟਾਂ ਦੀ ਖਰੀ ਕੇ 100 ਕਿੱਲਾ ਬਣਾ ਲੈ ਇਹ ਖੋਖ ਹੋ ਕੇ ਸਸਤੇ ਰੇਟਾ ਦੇ ਕਿਉਂ ਦੇ ਰਹੇ ਨੇ ਇਸ ਤੋਂ ਵੱਡਾ ਹੋਰ ਸਬੂਤ ਕੀ ਹੈ ਔਰ ਇਹ 2012 ਜਿਹੜਾ ਇਹਨਾਂ ਨੇ ਇੱਥੇ ਪਾਸ ਕੀਤਾ ਇਹਨਾਂ ਨੇ ਆਪ ਹੀ ਮੰਡੀਆਂ ਖਤਮ ਕਰਤੀਆਂ ਜਿਹੜਾ ਹਰਸ਼ਮਿਤ ਹੁਣ ਦਿਖਾ ਰਹੀ ਹੈ ਕਿ ਆਹ ਦੇਖੋ ਇਹਨੇ 2012 ਚ ਪੰਜਾਬ ਐਸੈਂਬਲੀ ਨੇ ਪਾਸ ਕੀਤਾ ਮਤਲਬ ਇਹ ਦੋਨੋਂ ਪਰਿਵਾਰ ਇੱਕ ਦੂਜੇ ਨੂੰ ਕੱਢਣ ਦੇ ਲੱਗੇ ਹੋਏ ਨੇ ਇਹਨਾਂ ਦੋਨਾਂ ਦਾ ਹੀ ਪਤਾ ਸਾਫ਼ ਹੋ ਚੁੱਕਿਆ ਲੋਕੀ ਹੁਣ ਇੰਨੇ ਜਲਦੀ ਇੰਨੇ ਇੰਨੇ ਸਿੱਧੇ ਲੋਕ ਨਹੀਂ ਰਹਿ ਗਏ ਹੁਣ ਖੁੰਡਾਂ ਦੇ ਚਰਚਾ ਦੇ ਨਾਟ ਕਰਦੇ ਆ ਆਪਣੇ ਤੋਂ ਜ਼ਿਆਦਾ ਜੀ ਖੇਤੀ ਆਰਡੀਨੈਂਸ ਦੇ ਵਿੱਚ ਆਪਾਂ ਹੋਰ ਕਿਹੜਾ ਕਿਹੜਾ ਨੁਕਸਾਨ ਮੰਨੇ ਇੱਕ ਤਾਂ ਐਮਐਸਪੀ ਦਾ ਹੋ ਗਿਆ ਹੋਰ ਕਿਹੜੇ ਕਿਹੜੇ ਨੁਕਸਾਨ ਨੇ ਜਿਦੇ ਨਾਲ ਕਿਸਾਨਾਂ ਨੂੰ ਜਿਹੜਾ ਘਾਟਾ ਚੱਲਣਾ ਪੈਣਾ ਮੈਨੂੰ ਇਹ ਦੱਸੋ ਜੀ ਕਿਸਾਨ ਤੋਂ ਤੁਸੀਂ ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਮਰਜ਼ੀ ਪੈਦਾ ਕਰਾ ਲਓ ਖੇਤੀ ਤੋਂ ਕਰ ਦੇਗਾ ਵੇਚਣ ਕਿੱਥੇ ਜਾਊਗਾ ਦੇਖੋ 27 ਚੇਨਸ ਜਿਹੜੀਆਂ ਸੈਂਕਸ਼ਨ ਕੀਤੀਆਂ ਨੇ ਵਿਭਾ ਹਰਿਮਰਤ ਨੇ ਉਹ 27 ਕੰਪਨੀਆਂ ਆ ਰਹੀਆਂ ਨੇ ਇੱਥੇ ਪੈਪਸੀ ਆਇਆ ਉਹਨਾਂ ਨੇ ਜਲੰਧਰ ਚਾਲੂ ਬਜਾਏ ਜਦੋਂ ਆਲੂਆਂ ਦਾ ਗਲਟ ਆ ਗਿਆ ਤੇ ਉਹ ਕਹਿੰਦੇ ਇਹ ਅਹੀਂ ਤਾਂ ਇਹਨਾਂ ਦਾ 10 ਰੁਪਏ ਕਿਦਾ ਸਾਨੂੰ ਤਾਂ ਮੇਰੇ 6 ਰੁਪਏ ਉਹ ਕਹਿੰਦੇ ਜੀ ਤੁਹਾਡਾ ਆਲੂ ਚਪਟਾ ਹੈ ਜੀ ਸਾਨੂੰ ਤਾਂ ਗੋਲ ਆਲੂ ਚਾਹੀਦਾ ਇਹਦੇ ਤਾਂ ਜੀ ਚਿਪਸ ਨਹੀਂ ਬਣ ਸਕਦੇ ਸਟੇ ਪਾਸੇ ਸਾਰੇ ਸਿਮਿਲਰਲੀ ਟਮਾਟਰ ਉਹ ਤੁਹਾ ਜਦੋਂ ਟਰਾਲੀਆਂਆਂ ਦੇ ਟਰਾਲੀਆਂ ਟਮਾਟਰਾਂ ਦੇ ਲੱਗੀਆਂ ਇਹਨਾਂ 10 ਰੁਪਏ ਕਿਤੇ ਉਹਦੇ 3 ਰੁਪਏ ਕਿਲੋ ਹੋ ਗਏ ਮਾਰਕੀਟ 'ਚ ਕਹਿੰਦੇ ਤੁਹਾਡਾ ਤਾਂ ਟਮਾਟਰ ਹਰਾ ਹੈ ਜੀ ਸਾਨੂੰ ਤਾਂ ਪੂਰਾ ਰੈੱਡ ਚਾਹੀਦਾ ਹੈ ਜੀ ਇਹ ਇਹ ਤੇ ਥਕੇ ਲੱਗੇ ਕਿਸਾਨ ਖਾਨ ਹੁਣ ਵੀ ਐਂ ਐਕਸਪਲੋਇਟੇਸ਼ਨ ਹੋएगी ਕਿਸਾਨਾਂ ਦੀ ਕਿਸਾਨ ਪੈਦਾ ਕਰਨਗੇ ਉਹ ਨੁਕਸ ਕੱਢਣਗੇ ਨੁਕਸ ਕਰਕੇ ਕੋਡੀਆਂ ਦੇ ਭਾਤੇ ਖਰੀਦਣਗੇ ਕਿਉਂਕਿ ਸਰਕਾਰ ਦਾ ਕੋਈ ਰੋਲ ਨਹੀਂ ਰਹਿ ਜਾਣਾ ਫਿਰ ਕਿਸਾਨ ਜਾਊ ਕਿੱਥੇ ਕਿਸਾਨ ਲੋਹੀ ਆ ਗਈ ਨਾ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੀ ਆਮਦਨ ਜਿਹੜੀ ਉਹ ਮਹੀਨੇ ਦੀ 4000 ਰਹਿ ਜੂਗੀ ਫਿਰ ਸਾਡੇ ਵਾਲੇ ਕਿਸਾਨਾਂ ਤੇ ਉਹੀ ਬੋਝ ਰਹੇਗਾ ਕਿ ਹੁਣ ਇਹ ਕਿੱਥੇ ਦਿਹਾੜੀ ਕਰਨ ਜਾਣ ਜੇ ਬਿਹਾਰ ਵਾਲੇ ਸਾਡੇ ਕੋਲੇ ਆ ਕੇ ਦਿਹਾੜੀ ਪ੍ਰਵਾਸੀ ਮਜ਼ਦੂਰ ਬਣੇ ਤਾਂ ਸਾਡੇ ਵਾਲਿਆਂ ਨੂੰ ਵੀ ਪ੍ਰਵਾਸੀ ਮਜ਼ਦੂਰ ਬੰਨਾ ਪੈ ਸਕਦਾ ਸਾਡੇ ਵਾਲੇ ਦਿਹਾੜੀ ਕਰਨ ਦੇ ਕਾਬਿਲ ਹੀ ਨਾ ਹੈਗੇ ਉਹ ਤਾਂ ਦਿਹਾੜੀ ਕਰਦੇ ਨਹੀਂ ਉਹ ਤਾਂ ਹੁਣ ਜਿਹੜੇ ਜਿਆਦਤ ਪੈ ਗਈ ਨਾ ਚਿੱਟੀਆਂ ਪੈਂਟਾਂ ਪਾ ਕੇ ਤੇ ਚਿੱਟੇ ਕੱਪੜੇ ਪਾ ਕੇ ਚੱਕਰ ਮਾਰਨੇ ਭਈਆਂ ਤੋਂ ਪੈੜੀ ਲਵਾ ਲੈਣੇ ਮਸ਼ੀਨਾਂ ਤੋਂ ਕਟਾ ਲੈਣੇ ਆੜਤੀਆਂ ਕੋਲੇ ਸਟਾ ਦੇਣੀ ਉੱਥੇ ਜਾ ਕੇ ਪੈਸੇ ਗਿਣਨ ਜਾਣਾ ਉਹ ਹੁਣ ਆ ਤਾਂ ਚੇਂਜ ਕਰਨੀਆਂ ਪੈਣੀਆਂ ਜਿਹੜੀਆਂ ਪਿਛਲੇ 40 ਸਾਲ ਦੀਆਂ ਪਈਆਂ ਕਿਵੇਂ ਚੇਂਜ ਹੋਣਗੀਆਂ ਬੱਚੇ ਸਾਡੇ ਦੇ ਅੱਗੇ ਕੰਮ ਕਰਦੇ ਖੇਤਾਂ 'ਚ ਉਹ ਖੇਤਾਂ ਨੇ ਜਾਂਦੇ ਹੀ ਨਹੀਂ ਚੱਕਰ ਮਾਰ ਨਹੀਂ ਜਾਂਦੇ ਮੈਂ ਉਹ ਹੀ ਰੋਹਾਂ ਦਾ ਚੱਕਿਆ ਚੱਲ ਸ਼ਹਿਰ ਨੂੰ ਤੋਂ ਸਾਡਾ ਤਾਂ ਸਿਸਟਮ ਜਿਹੜਾ ਉਹ ਬਿਹਾਰ ਨਾਲੋਂ ਵੀ ਜ਼ਿਆਦਾ ਖਰਾਬ ਹੋਣ ਵਾਲਾ ਮੋਦੀ ਸਰਕਾਰ ਤੁਹਾਨੂੰ ਲੱਗਦਾ ਕਿ ਬਿੱਲ ਵਾਪਸ ਲੈ ਲੈਗੀ ਜਿਸ ਤਰੀਕੇ ਨਾਲ ਕਿਸਾਨਾਂ ਨੇ ਦਬਾਅ ਬਣਾਇਆ ਹੋਇਆ ਬਾਕੀ ਪਾਰਟੀਆਂ ਹੋਰ ਸਿਆਸੀ ਤਰ੍ਹਾਂ ਜਿਵੇਂ ਕੈਪਟਨ ਸਰਕਾਰ ਹੋ ਗਈ ਇੱਥੇ ਦਬਾਅ ਬਣਾ ਰਹੀ ਹੈ ਹਰਸਿਮਤ ਬਾਦਲ ਨੇ ਅਸਤੀਫਾ ਦੇ ਕੇ ਤਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਲੱਗਦਾ ਹੈ ਕਿ ਸਰਕਾਰ ਇਸ ਫੈਸਲੇ ਤੇ ਵਾਪਸ ਪੈਰ ਪਿੱਛੇ ਮੁੜੇਗੀ ਮੈਨੂੰ ਲੱਗਦਾ ਹੈ ਮੈਨੂੰ ਤਾਂ ਲੱਗਦਾ ਹੀ ਨਹੀਂ ਮੈਨੂੰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਵਾਪਸ ਲੈਣਾ ਚਾਹੀਦਾ ਪੰਜਾਬ ਦੀ ਤਾਂ ਅਰਥਵਿਵਸਥਾ ਛੱਡੋ ਸਾਰੇ ਹਿੰਦੁਸਤਾਨ ਦੀ ਅਰਥਵਿਵਸਥਾ ਖਰਾਬ ਹੋ ਜਾਏਗੀ ਪਰ ਉਹ ਤਾਂ ਕਹਿੰਦੇ ਕਿ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਉਹ ਪਾਇਆ ਜਾ ਰਿਹਾ ਤੇ ਫਿਰ ਐਮਐਸਪੀ ਤੁਸੀਂ ਦੇਣੀ ਹੈ ਤੇ ਫਿਰ ਲਿਖ ਲਓ ਬਿੱਲ ਦੇ ਵਿੱਚ ਲਿਖ ਲਓ ਲਿਖਤੀ ਤੌਰ ਤੇ ਦੇ ਦਿਓ ਕਿ ਐਮਐਸਪੀ ਜਿਹੜੀ ਉਹ ਕਦੇ ਨਹੀਂ ਟੁੱਟੇਗੀ ਨਹੀਂ ਟੁੱਟੇਗੀ ਲਿਖ ਦਿਓ ਤੁਸੀਂ ਇਹ ਕਹਿ ਸਕਦੇ ਦੇਖੋ ਜਿਵੇਂ ਤੁਹਾਨੂੰ ਇਹ ਨਹੀਂ ਪਤਾ ਮਹਾਰਾਸ਼ਟਰ ਚ ਐਮਐਸਪੀ ਨਹੀਂ ਹੈ ਉਹ ਉੱਥੇ ਪਿਆਜ਼ ਵਜਾਉਂਦੇ ਆ ਉਹ ਕਹਿੰਦੇ ਤੇਰਾ 7 ਰੁਪਏ ਕਿਲੋ ਪਿਆਜ਼ ਲਾਹਾਂਗੇ ਲੇਕਿਨ 2 ਕਿੱਲਾ ਤੋਂ ਵੱਧ ਨਹੀਂ ਲਾਹਾਂਗੇ ਤੇਰਾ ਇਹ ਨਹੀਂ ਤੂੰ 20 ਕਿੱਲੇ بیچ ਕੇ ਵੇਚੇ ਉਹ ਗਰਦੌਰੀ ਲਿਆਉਂਦੇ ਨਾਲ ਪਿਆਜ਼ ਲੈਂਦੇ ਨਾਲ ਕਹਿੰਦੇ ਗਰਦੌਰੀ ਲਿਆ ਆਪਦੀ ਕਿੰਨੇ ਕਿੱਲਾਂ ਦੀ ਤੇਰੀ ਗਰਦੌਰੀ ਹੈ ਇਹ ਸਾਰੇ ਸਿਸਟਮ ਤੁਸੀਂ ਅਪਣਾਰ ਕਰੋਗੇ ਤੇ ਐਕਸਪਲੋਇਟ ਤਾਂ ਹੋਗੇ ਨਾ ਹੁਣ ਕਹਿੰਦਾ ਤੁਹਾਨੂੰ ਮੈਂ ਕਿਹਾ ਸੀ ਪੰਜ ਕਿੱਲੇ ਕਣਕ ਬੀਜਣੀ ਹੈ ਪੰਜ ਕਿੱਲਾਂ ਦੀ ਗਰਦੌਰੀ ਲੈ ਆ ਪੰਜ ਕਿੱਲਾਂ ਦੀ ਕਣਕ ਸੁੱਟ ਦੇ ਬਾਕੀ ਲੈ ਜਾ ਆਪਦੀ ਸਾਰੀ ਕਿੱਥੇ ਜਾਓਗੇ ਐ ਹੀ ਪੈਦੀ ਦਾ ਹਾਲ ਹੋ ਬਿਲਕੁਲ ਹਾਂ ਇਸ ਕਰਕੇ ਨੁਕਸਾਨ ਤਾਂ ਹੋਈ ਹੈ ਨਾ ਕਿ ਵੱਡੇ ਵੱਡੇ ਕਿਸਾਨਾਂ ਨੂੰ ਕਹਿੰਦੇ ਕੋਈ ਨੁਕਸਾਨ ਨਹੀਂ ਚਲਣਾ ਪੈਣਾ ਛੋਟਿਆਂ ਨੂੰ ਜ਼ਿਆਦਾ ਮਾਰ ਪੈ ਰਹੀ ਹੈ ਇਹਦੇ ਨਾਲ ਵੱਡਿਆਂ ਨੂੰ ਵੱਡਿਆਂ ਨੂੰ ਕਿਉਂ ਨਹੀਂ ਚਲਣਾ ਪਊਗਾ ਛੋਟਾ ਤਾਂ ਦਿਹਾੜੀ ਵੀ ਕਾ ਲੈਂਦਾ ਵੱਡਾ ਤਾਂ ਉਹ ਵੀ ਨਹੀਂ ਕਰ ਸਕਦਾ ਬਿਲਕੁਲ ਮਤਲਬ ਕਿ ਨੁਕਸਾਨ ਬਰਾਬਰ ਹੈ ਸਾਰਿਆਂ ਦਾ ਨੁਕਸਾਨ ਸਭ ਦਾ ਬਰਾਬਰ ਹੈ ਜੇ ਕਿਸਾਨੀ ਕਰਨੀਆਂ ਤਾਂ ਜੇ 2 ਨੰਬਰ ਦਾ ਪੈਸਾ ਹੋਟਲਾਂ ਚੋਂ ਬਸਾਂ ਚੋਂ ਆ ਰਿਹਾ ਤੇ ਕਿਸਾਨੀ ਦਿਖਾਉਣ ਵਾਸਤੇ ਜਾਂ ਫਿਰ ਤੋਂ ਘਾਟਾ ਕਰ ਕੇ ਤੇ ਵਾਅਦਾ ਕੀ ਕੁਝ ਲੀਡਰ ਕਹਿੰਦੇ ਕਹਿੰਦੇ ਬਹੁਤੇ ਲੀਡਰ ਜਿਹੜੇ ਨੇ ਉਹ ਜਿਹੜੇ ਲੋਕ ਸਭਾ ਦੇ ਵਿੱਚ ਨੇ ਰਾਜ ਸਭਾ ਦੇ ਵਿੱਚ ਨੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਹੋਏ ਨੇ ਐਮ ਐਲ ਏ ਵਗੈਰਾ ਉਹ ਕਹਿੰਦੇ ਅਸੀਂ ਕਿਸਾਨ ਆ ਅਸੀਂ ਨਹੀਂ ਆਵਾਜ਼ ਚੁੱਕਾਂਗੇ ਜਾਂ ਲੋਕ ਕਹਿੰਦੇ ਨੇ ਕਿ ਤੁਸੀਂ ਕਿਸਾਨ ਹੋ ਤੁਸੀਂ ਨਹੀਂ ਆਵਾਜ਼ ਚੁੱਕੋਗੇ ਕੌਣ ਚੁੱਕੇਗਾ ਉਹੀ ਤਾਂ ਮੈਂ ਉਹ ਤਾਂ ਉਹ ਕਿਸਾਨ ਨੇ ਜਿਨ੍ਹਾਂ ਨੂੰ 20-20 ਕਰੋੜ ਦੀ ਮਹੀਨੇ ਦੀ ਆਮਦਨ ਹੈ ਉਹ ਤਾਂ ਦੋ ਨੰਬਰ ਦਾ ਧੰਦਾ ਜਿਹੜਾ ਇੱਕ ਨੰਬਰ 'ਚ ਪੈਸੇ ਕਰਨ ਵਾਸਤੇ ਕਿਸਾਨ ਨੇ ਉਹਨਾਂ ਨੂੰ ਪੁੱਛੋ ਕਦੀ ਜਾ ਕੇ ਸਬਜ਼ੀ ਲਵਾਈ ਜੇ ਕਦੀ ਫਸਲ ਉਗੀ ਜੇ ਦਿਖਾਵੇ ਦੇ ਕਿਸਾਨ ਨੇ ਕਦੀ ਚੱਕਰ ਮਾਰਨ ਗਏ ਜੇ ਉਹ ਤਾਂ ਖਾਲੀ ਫਾਰਮ ਹਾਊਸ ਬਣਾ ਕੇ ਦਿਖਾਵੇ ਦੇ ਕਿਸਾਨ ਨੇ ਔਰ ਦੋ ਨੰਬਰ ਦਾ ਧੰਦਾ ਜਿਹੜਾ ਉਹਨੂੰ ਇਵਾਈਟ ਕਰਨ ਵਾਸਤੇ ਨੇ ਆਰਤੀਆਂ ਦਰਸੀਧਾਂ ਲਾਉਣਗੇ ਦੈਟਸ ਆਲ ਉਹ ਉਹਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਸ਼ੁਕਰੀਆ ਕੈਪਟਨ ਸਾਹਿਬ ਸੋ ਸਾਡੇ ਨਾਲ ਮੌਜੂਦ ਸਨ ਸ਼ਿਰ ਪੰਜਾਬ ਵਿਕਾਸ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਨ ਸਿੰਘ ਸਿੱਧੂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਮਾਰਨ ਦੇ ਲਈ ਮੋਦੀ ਸਰਕਾਰ ਖੇਤੀ ਆਰਡੀਨੈਂਸ ਲੈ ਕੇ ਆਈ ਹੈ ਨੁਕਸਾਨ ਹੀ ਨੁਕਸਾਨ ਨੇ ਫਾਇਦਾ ਤਾਂ ਕੋਈ ਇਹਨਾਂ ਨੇ ਗਿਣਾਇਆ ਨਹੀਂ ਪਰ ਹੁਣ ਸਰਕਾਰ ਕਿਵੇਂ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਗਈ ਕਿਉਂਕਿ ਕਿਸਾਨ ਤਾਂ ਸੜਕਾਂ ਉੱਤੇ ਨੇ ਹਰਸਿਮਰਤ ਕੋਰ ਬਾਦਲ ਅਸਤੀਫਾ ਦੇ ਕੇ ਵੀ ਜਿਹੜਾ ਉਹ ਮੋਦੀ ਸਰਕਾਰ ਦੇ ਪਿੱਠ ਥਾਪੜ ਰਹੇ ਨੇ ਕਿ ਐਮਐਸਪੀ ਖਤਮ ਨਹੀਂ ਹੋ ਰਹੀ ਹਰਿਆਣਾ ਦੇ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚਟਾਲਾ ਇਹ ਗੱ ਕਿ ਜੇ ਐਮਐਸਪੀ ਖਤਮ ਹੁੰਦੀ ਹੈ ਤਾਂ ਮੈਂ ਅਸਤੀਫਾ ਦਵਾਂਗਾ ਨਹੀਂ ਤਾਂ ਮੈਂ ਅਸਤੀਫਾ ਨਹੀਂ ਦੇ ਰਿਹਾ ਪਰ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਐਮਐਸਪੀ ਖਤਮ ਹੋ ਰਹੀ ਹੈ ਹੁਣ ਕੀ ਬਣਦਾ ਅਗਲੇ ਸਮੇਂ ਦੇ ਵਿੱਚ ਉਸ ਉੱਤੇ ਸਾਡੀ ਨਜ਼ਰ ਰਹੇਗੀ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੇ ਵਿਚਾਰ ਕਮੈਂਟ ਕਰਕੇ ਰੱਖੋ ਲੋਕ ਰਾਂਚਨ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ